ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਇੱਥੇ ਮੈਂ ਹੁੰਦੀ ਤੀ ਤਿਆਰ ਤੇ ਜਿਹੜਾ ਹੈਗਾ ਅੱਜ ਸਾਡੇ ਤਾਇਆ ਜੀ ਕੇ ਵੱਲ ਜਾਣਾ ਹੈ ਮੈਂ ਜਿਹੜਾ ਸਾਡੇ ਦੋਤੇ ਦਾ ਵਿਆਹ ਹੋ ਆ ਹੋ ਕੇ ਹਟਿਆ ਤੇ ਅੱਜ ਜਿਹੜੀ ਹੈਗੀ ਅਸੀਂ ਬਾਜੀ ਫੇਰਨੀ ਹੈ ਜਿਵੇਂ ਕਿ ਸਾਡੀ ਪੱਤੀ ਦੇ ਵਿੱਚ ਸੰਧੂ ਪੱਤੀ ਦੇ ਵਿੱਚ ਭਾਜੀ ਫੇਰੀ ਜਾਂਦੀ ਹੈ ਹਨ ਜਦੋਂ ਨਾਨਕ ਛੱਕ ਜਾਂਦੇ ਆ ਫੇਲੀ ਫੇਰ ਪਹਿਲਾਂ ਅਸੀਂ ਫੇਲੀ ਫੇਰੀ ਸੀਗੀ ਜਿਹੜੀ ਭੈਣ ਵੱਲੋਂ ਪਹਿਲਾਂ ਭੇਲੀ ਭੇਜੀ ਗਈ ਸੀ ਪਹਿਲਾਂ ਭੇਲੀ ਫੇਰੀ ਆ ਹੁਣ ਵਿਆਹ ਜਾ ਕੇ ਆਇਆ ਤੇ ਹੁਣ ਜਿਹੜੀ ਹੈਗੀ ਭਾਜੀ ਫੇਰਨੀ ਹੈ ਅੱਜ ਅਸੀਂ ਭਾਜੀ ਫੇਰਨੀ ਹੈ ਤੇ 12:00 ਵਜੇ ਦਾ ਟਾਈਮ ਸਿੱਧਾ ਕੇ 12:00 ਵਜੇ ਦੇ ਨੂੰ ਆਗੇ ਤੇ ਆ ਜਿਓ ਦੀਦੀ ਦਾ ਫੋਨ ਆਇਆ ਸੀਗਾ ਕਿ 12:00 ਵਜੇ ਦੇ ਨੂੰ ਪਹੁੰਚ ਜਿਓ ਹੁਣ ਜਿਹੜਾ ਹੈ ਕਿ 12:00 ਵਜੇ ਚ 5 ਮਿੰਟ ਰਹਿੰਦੇ ਆ ਤੇ ਜਿਹੜਾ ਹੈਗਾ ਪੌਣੇ 12 ਹੀ ਫ੍ਰੀ ਹੋਈ ਸੀਗੀ ਮੈਂ ਜਿਹੜਾ ਨਾ ਆ ਤਾਂ ਸਵੇਰੇ ਲਈ ਸੀਗੀ ਹੁਣ ਮੈਂ ਕੱਪੜੇ ਬਦਲ ਲੈਨੇ ਤੇ ਹੁਣ ਆਪਾਂ ਉਧਰ ਚਲਦੇ ਆਂ ਬਾਜੀ ਫੇਰਾਂਗੇ ਪਿੰਡ ਦੇ ਵਿੱਚ ਬਾਜੀ ਫੇਰਾਂਗੇ ਅੱਜ ਸਵੇਰੇ ਮੇਰੇ ਕੋਲੇ ਕਾਫੀ ਮੇਕਅਪ ਸੀਗੇ ਆ ਦੇਖੋ ਜਿਹੜਾ ਸਮਾਨ ਵਗੈਰਾ ਸੈਲਫ ਤੇ ਪਿਆ 11:30 ਵਜੇ ਹੀ ਫ੍ਰੀ ਹੋਈਆਂ ਮੈਂ 11:30 ਪੌਣੇ 12 ਹੋ ਗਏ ਹੁਣਗੇ ਮੈਂ ਟਾਈਮ ਨਹੀਂ ਦੇਖਿਆ ਸਾਰਾ ਸਮਾਨ ਜਿਹੜਾ ਮੇਕਅਪ ਦਾ ਦੇਖੋ ਕੁਝ ਤਾਂ ਮੈਂ ਉੱਪਰ ਰੱਖਤਾ ਕੁਝ ਆਹ ਸੈਲਫ ਤੇ ਪਿਆ ਹੁਣ ਆ ਕੀ ਸੈੱਟ ਕਰਾਂਗੇ ਇਹਨੂੰ ਕਿਉਂਕਿ ਅੱਜ ਸਵੇਰ ਦੇ ਕਾਫੀ ਜਾਣੇ ਤਿਆਰ ਹੋਣ ਵਾਲੇ ਹੈਗੇ ਤੇ ਦੁਕਾਨ ਤੇ ਫਿਰ ਜੇ ਹੁਣ ਮੈਂ ਚੱਕਣ ਲੱਗੀ ਨਾ ਨਾ ਕਰਦੇ ਸਾਫ ਸਪਾਈ ਕਰਦੇ ਨੂੰ ਅੱਧਾ ਘੰਟਾ ਲੱਗ ਜਾਊਗਾ ਜੀ ਫਿਰ ਮੇਰੀ ਆਦਤ ਹੈ ਜਦੋਂ ਅਗਲੇ ਨੇ ਬੁਲਾਇਆ ਟਾਈਮ ਤੇ ਜਾਓ ਜਿਹੜਾ ਹੈਗਾ ਜਿੱਦੇ ਭੇਲੀ ਫੇਰੀ ਤੇ ਉਹਦੇ ਵੀ ਮੈਂ ਲੇਟ ਹੋ ਗਈ ਸੀ ਕਿਉਂਕਿ ਉਸ ਦਿਨ ਮੇਰੇ ਕੋਲ ਕਸਟਮਰ ਸੀ ਨਾ ਦੁਕਾਨ ਤੇ ਹਨਾ ਹੁਣ ਚਲੋ ਜਿਹੜੇ ਵਿਆਹ ਵਾਲੇ ਤੇ ਉਹ ਮੇਕਅਪ ਹੋ ਗਏ ਨੇ ਤਿਆਰ ਹੋ ਕੇ ਵਾਗੇ ਹੁਣ ਜਿਹੜਾ ਹੈਗਾ ਮੈਂ ਵੀ ਤਿਆਰ ਹੋ ਗਈ ਤੇ ਹੁਣ ਮੈਂ ਚਲਦੀ ਆ ਉਧਰ ਦੀਦੀ ਨੂੰ ਖੁਸਦੀ ਆ ਉਹ ਤਿਆਰ ਹੁੰਦੇ ਨੇ ਤੇ ਆਮਨ ਨੂੰ ਵੀ ਫੋਨ ਕਰਦੀ ਆ ਮੈਂ ਬਰਾਣੀ ਨੂੰ ਮੇਰੇ ਨੂੰ ਫਿਰ ਅਸੀਂ ਇਕੱਠੇ ਆਹੋ ਕੇ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਅਸੀਂ ਪਿੰਡਾਂ ਦੇ ਸਾਡੇ ਰੀਤੀ ਰਿਵਾਜ ਹਨਾ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਹੈ ਨਾ ਤੇ ਕਹਿ ਦਿੰਦੇ ਨੇ ਵੀ ਇਹ ਚੀਜ਼ਾਂ ਦਿਖਾਉਣ ਵਾਲੀ ਕਿਹੜੀ ਗੱਲ ਆ ਜਿਹੜੇ ਬਾਹਰ ਬੈਠੇ ਆ ਜਾਂ ਜਿੱਥੇ ਇਹ ਰੀਤੀ ਰਿਵਾਜ ਹੈ ਨਹੀਂ ਹਨਾ ਕਿਉਂਕਿ ਵੀਡੀਓ ਤਾਂ ਹਰ ਕੋਈ ਦੇਖਦਾ ਆ ਹਨਾ ਤੇ ਜਿਹੜਾ ਹੈਗਾ ਬਾਹਰ ਜਿਆਦਾ ਪਸੰਦ ਕਰੀਆਂ ਜਾਂਦੀਆਂ ਨੇ ਇਹ ਸਾਡੇ ਪਿੰਡਾਂ ਦੇ ਵੀਡੀਓ ਹਨਾ ਉਹ ਵੀ ਜਿਹੜਾ ਹੈਗਾ ਯਾਦ ਕਰਦੇ ਆ ਆਪਣੇ ਪਿੰਡਾਂ ਚ ਵੀ ਭੈਣ ਭਾਈ ਜਿਹੜੇ ਗਏ ਹੋਏ ਨੇ ਉਹਨਾਂ ਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਦੇਖਣ ਨੂੰ ਤੇ ਚੈਟ ਖੁੱਲਾ ਹੀ ਰਹਿਣ ਦੋ ਜੇ ਅੰਦਰੋਂ ਜਿਹੜਾ ਹੈਗਾ ਮੈਂ ਲੌਕ ਕਰ ਜੂਗੀ ਤੇ ਇੱਧਰ ਦੀ ਫਿਰ ਐ ਨਹੀਂ ਪਤਾ ਕਦੇ ਕੋਈ ਆ ਜੇ ਹਨਾ ਵੈਸੇ ਅੱਜ ਤੱਕ ਹੁਣ ਤੱਕ ਕਿਸੇ ਦਾ ਫੋਨ ਤਾਂ ਆਇਆ ਨਹੀਂ ਹੈਗਾ ਆਉਣ ਵਾਲਿਆਂ ਦਾ ਕਿਉਂਕਿ ਪਹਿਲਾਂ ਹੀ ਫੋਨ ਵਗੈਰਾ ਆ ਜਾਂਦਾ ਜੇ ਕਿਸੇ ਨੇ ਆਉਣਾ ਹੁੰਦਾ ਤੇ ਹੁਣ ਮੈਂ ਇਥੋਂ ਬਾਹਰੋਂ ਲੌਕ ਕਰ ਜੂਗੀ ਅੰਦਰੋਂ ਜਿਹੜੀ ਹੈਗੇ ਦੁਕਾਨਾ ਲੌਕ ਨੇ ਵੈਸੇ ਜਿਹੜੇ ਹੈਗੇ ਨੇ ਦੇਖੋ ਸ਼ਟਰ ਖੁੱਲੇ ਨੇਗੇ ਜਿਹੜਾ ਸ਼ੀਸ਼ੇ ਵਾਲਾ ਗੇਟ ਆ ਉਹ ਲੌਕ ਕੀਤਾ ਹੋਇਆ ਹੈਗਾ ਫਿਰ ਸ਼ਟਰ ਚੱਕਣੇ ਮੈਨੂੰ ਔਖੇ ਲੱਗਦੇ ਨੇ ਕਿਉਂਕਿ ਸਵੇਰੇ ਸਵੇਰੇ ਕੁਲਵਿੰਦਰ ਜੀ ਖੋਲਦੇ ਹੁੰਦੇ ਆ ਸ਼ਟਰ ਇਥੋਂ ਮੈਂ ਬਾਹਰ ਦੀ ਜਿਹੜਾ ਹੈਗਾ ਘਰ ਵਿੱਚ ਦੀ ਲੌਕ ਕਰ ਜੂਗੀ ਸਾਰੇ ਲੌਕ ਲਾ ਦਿੰਨੇ ਆਪਾਂ ਇਹ ਫਿਰ ਚਲੋ ਚੱਲਦੇ ਆ ਹਨਾ ਧੁੱਪ ਹੈਗੀ ਅੱਜ ਤਾਂ ਵਧੀਆ ਮੌਸਮ ਲੱਗਿਆ ਹੋਇਆ ਜਿਹੜਾ ਹੈਗਾ ਮੈਨੂੰ ਵਿਆਹ ਚ ਵਿਆਹ ਦੇ ਵਿੱਚ ਹੀ ਹੋ ਗਿਆ ਤੇ ਬੁਖਾਰ ਹੋ ਗਿਆ ਤੇ ਬਹੁਤ ਜ਼ਿਆਦਾ ਤੇ ਦਵਾਈ ਲੈਂਦੀ ਆ ਅੱਜ ਠੀਕ ਲੱਗ ਰਿਹਾ ਲਓ ਜੀ ਅਸੀਂ ਚੱਲ ਪਏ ਕਰੋ ਖੇਤਾਂ ਜਿਹਾ ਚ ਘਾਰੇ ਵੀਰ ਜੀ ਦਾ ਬਹੁਤ ਵਧੀਆ ਲੱਗਦਾ ਖੇਤਾਂ ਜਿਹਾ ਜਾ ਕੇ ਹਰੇ ਭਾਈ ਜੀ ਵਾਲੇ ਦਾਲੇ ਸਾਰੇ ਪਾਸੇ ਹਰਿਆਲੀ ਜੀ ਹੈਗੀ ਇਸ ਵਾਰੀ ਆਹ ਮਹੀਨੇ ਦੇ ਵਿੱਚ ਦੀਦੀ ਕਿਆਂ ਕਿ ਨਹੀਂ ਬਹੁਤ ਜ਼ਿਆਦੇ ਗੇੜੇ ਲੱਗ ਗਏ ਨੇ ਸਾਡੇ ਕਿਉਂਕਿ ਜਿਹੜਾ ਹੈਗਾ ਇਹਨਾਂ ਦਾ ਬੇਟਾ ਵੀ ਬਾਹਰ ਗਿਆ ਆ ਹਨਾ ਉਹ ਚਲਿਆ ਗਿਆ ਤੇ ਇੱਕ ਦਿਨ ਜਿਹੜੇ ਹੈਗੇ ਸੁਖਮਣੀ ਸਾਹਿਬ ਦੇ ਜਾਪ ਸੀਗੇ ਇੱਕ ਦਿਨ ਫਿਰ ਉਹਨੂੰ ਤੋੜਨਾ ਆਏ ਵਾਰ ਗਿਆ ਜਿੱਦੇ ਬਾਕੀ ਵਿਆਹ ਕਰਕੇ ਬਹੁਤ ਜ਼ਿਆਦੇ ਗੇੜੇ ਲੱਗ ਗਏ ਇਹ ਮਹੀਨੇ ਦੇ ਵਿੱਚ ਸਾਡਾ ਆਉਣਾ ਜਾਣਾ ਲੱਗਾ ਹੀ ਰਹਿੰਦੇ ਨਹੀਂ ਅਸੀਂ ਐ ਨਹੀਂ ਪਤਾ ਕਿੰਨਾ ਕਿੰਨਾ ਚਿਰ ਨਾ ਆਈਏ ਕਿਉਂਕਿ ਕਿਸੇ ਪ੍ਰੋਗਰਾਮ ਤੇ ਜਿਹੜਾ ਹੈਗਾ ਇਕੱਠੇ ਹੋਈਂਦਾ ਨਹੀਂ ਨਹੀਂ ਟਾਈਮ ਮਿਲਦਾ ਹੈਗਾ ਹੁਣ ਅਸੀਂ ਆ ਗਈਆਂ ਤੀਆਂ ਨਾ ਨਾ ਕਰਦੇ 12:30 ਹੋ ਗਏ ਨੇ ਚਾਹ ਪੀਨੇ ਆ ਚਾਹ ਪੀ ਕੇ ਫਿਰ ਜਿਹੜਾ ਹੈਗਾ ਲੱਗਦੇ ਆ ਕਿਉਂਕਿ ਦੀਦੀ ਵੀ ਕਰਲੇ ਆ ਕੰਮ ਕਰਦਿਆਂ ਨੂੰ ਹਣਾ ਲੱਗ ਹੀ ਜਾਂਦਾ ਸਫਾਈਆਂ ਹੀ ਨਹੀਂ ਲੋਟ ਆਉਂਦੀਆਂ ਜੀ ਐਡੀ ਵੱਡੀ ਕੋਠੀ ਦੀਆਂ ਤਾਂ ਜੇ ਆਪਾਂ ਘਰ ਵਧੀਆ ਪਾਉਣਿਆ ਤਾਂ ਫਿਰ ਸਫਾਈਆਂ ਵੀ ਕਰਨੀਆਂ ਪੈਂਦੀਆਂ ਨੇ ਬਹੁਤ ਸੋਹਣੀ ਕੋਠੀ ਬਣੀ ਹੋਈ ਐ ਲਓ ਜੀ ਭਾਜੀ ਮੈਂ ਪ੍ਰਾਂਤਾਜ ਪਾਉਣ ਲੱਗੀ ਭਾਜੀ ਮਤਲਬ ਹਨਾ ਬਾਕੀ ਤਾਂ ਸਾਰਿਆਂ ਨੂੰ ਪਤਾ ਹੁੰਦਾ ਵਿੱਚ ਕਿਸੇ ਨੂੰ ਨਹੀਂ ਪਤਾ ਦੇਖੋ ਭਾਜੀ ਜਿਵੇਂ ਲੱਡੂ ਪਕੌੜੀਆਂ ਮਖਾਣੇ ਸ਼ਕਰਪਾਰੀ ਜੋ ਵੀ ਹੁੰਦੇ ਹਨਾ ਵਿਆਹ ਦੇ ਵਿੱਚੋਂ ਜਦੋਂ ਨਾਨਕ ਸ਼ੱਕ ਭਰ ਕੇ ਆਉਣੇ ਆ ਉਦੋਂ ਦਿੱਤੀ ਜਾਂਦੀ ਐ ਸਵਾਵਣ ਭਾਜੀ ਤੇ ਫਿਰ ਜਿਹੜੀ ਹੈਗੀ ਸ਼ਾਰੇ ਮਤਲਬ ਕਿ ਸਾਡੇ ਸੰਧੂ ਪੱਤੀ ਦੇ ਵਿੱਚ ਸਾਰੀ ਦੇ ਵਿੱਚ ਫੇਰੀ ਜਾਊਗੀ ਸ਼ਾਰੇ ਸਰੀਕੇ ਕਬੀਲੇ ਚ ਫੇਰਾਂਗੇ ਹੁਣ ਇੱਥੇ ਸਾਰੀ ਜਿਹੜੀ ਹੈਗੀ ਅਸੀਂ ਪ੍ਰਾਂਤਾਂ ਚ ਪਾ ਲੈਨੇ ਆ ਪ੍ਰਾਂਤਾਂ ਦੂਜਿਆਂ ਵਿੱਚ ਅੱਕ ਲਿਓ ਇਥੋਂ ਚੱਕੋ ਬਰਾਤ ਆ ਪਈ ਆ ਦੀਆਂ ਫੋਟੋਗ੍ਰਾਫਰ ਆ ਗਿਆ ਜੀਰੇ ਕਰਾਉਣੀਆਂ ਮੂਵੀ ਆ ਜੋ ਹੋਏ ਮੇਰੀ ਬੋਗ ਦੀ ਜਮੀਨ ਤੇ ਹਾਂ ਤਾਂ ਬਾਤ ਹੈ ਸਰਕਾਰੀ ਤਰ੍ਹਾਂ ਚੱਲ ਹਾਂ ਲਓ ਜੀ ਖੇਤਾਂ ਦੇ ਵਿੱਚ ਜਿਹੜੇ ਹੈਗੇ ਮੌਜ ਬਥੇਰੀ ਐ ਵਧੀਆ ਖੁੱਲੀ ਜਗ੍ਹਾ ਦੇ ਵਿੱਚ ਹਨਾ ਘਰ ਪਾਇਆ ਹੋਇਆ ਨਾਲ ਜਿਹੜਾ ਹੈਗਾ ਵਧੀਆ ਮੱਜਾ ਮੱਜਾ ਨੂੰ ਪਿੱਛੇ ਸਾਰਾ ਕਿਉਂਕਿ ਖੁੱਲੀ ਜਗ੍ਹਾ ਹੈ ਹਨਾ ਬਾੜੀ ਵਗੈਰਾ ਸਾਰਾ ਕੁਝ ਲਾਇਆ ਹੋਇਆ ਵਿੱਚ ਬਸ ਹੁਣ ਅਸੀਂ ਲੱਗਦੇ ਆ ਫੇਰ ਨਾ ਸਾਡੇ ਮਾਸੀ ਜੀ ਆਏ ਹੋਏ ਨੇ ਦੀਦੀ ਦੇ ਮੰਮੀ ਉਹਨਾਂ ਨਾਲ ਅਸੀਂ ਗੱਲਾਂ ਕਰਨ ਲੱਗੇ ਤੇ ਦੇਖੋ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਕੋਠੀ ਬਹੁਤ ਜ਼ਿਆਦਾ ਸੋਹਣੀ ਵੀ ਬਣੀ ਹੋਈ ਹੈਗੀ ਬਿੱਚ ਇੱਧਰ ਜਿਹੜੀ ਹੈਗੀ ਸਾਰੀ ਬਾੜੀ ਲੱਗੀ ਹੋਈ ਹੈ ਜੀ ਦੇਖੋ ਜਿਹੜੇ ਚੀਜ਼ਾਂ ਦੀ ਜ਼ਰੂਰਤ ਹੈ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ। ਚੱਕ ਲਿਓ ਭਾਈ ਬਹੁਤ ਟਾਈਮ ਹੋ ਗਿਆ। 1:30 ਵਜ ਗਿਆ। ਆਜੋ ਘਰ ਕੁੜੀ ਦੇ ਥਾਲਾ ਪਵਾ ਕੇ ਲੈ ਕੇ ਆਉਣਾ। ਉਹਨਾਂ ਨੂੰ ਕਾਹਦੇ ਪ੍ਰਾਂਤਾਂ ਚੱਕ ਲਿਓ ਹਜੇ ਦੂਜੀਆਂ ਪ੍ਰਾਂਤਾਂ ਤੱਕ ਜਾ ਕੇ ਲਿਓ ਉਹ ਆਪਣੀਆਂ ਤੱਗਾਂੇ ਥੋੜੋ ਦਿਨਾਂ ਕੁ ਫਸ ਜਾਂਦਾ ਨੱਕ ਕਿਹੜਾ ਬਾਹਲਾ ਤਿੱਖਾ ਹੈ ਹਵਾ ਚੱਲਦੀ ਹੈ ਕੋਕੇ ਚ ਫਸਿਆ ਹੋਇਆ ਇੱਥੇ ਜੇ ਫਸ ਜਾਂਦਾ ਲਓ ਜੀ ਹੁਣ ਟਾਈਮ 1.5 ਵਜ ਗਿਆ ਗੱਲਾਂ ਮਾਰਦੀਆਂ ਅਸੀਂ ਤਾਂ ਹੁਣ ਜਿਹੜੇ ਹੈਗਾ ਲੱਗਿਆਂ ਫੇਰ ਅੱਜ ਜਿਹੜੀਆਂ ਹੈਗੀਆਂ ਸਾਰੀਆਂ ਦਰਾਣੀਆਂ ਜਠਾੜੀਆਂ ਮਸਾਂ ਇਕੱਠੇ ਹੋਇਆਂ ਫੇਰ ਤਾਂ ਸਾਡੇ ਗੱਲਾਂ ਨਹੀਂ ਮੁੱਕਦੀਆਂ ਹੈਗੀਆਂ ਪਾ ਦੋਨੇ ਕੁ ਮਖਾਣਾ ਲਓ ਜੀ ਦੇਖੋ ਹੱਸ ਤਾਂ ਨਾਨਕ ਸੱਕ ਚ ਕੁੱਤੇ ਵੀ ਰਜਾ ਕੇ ਰੱਖੇ ਨੇ ਜਿੱਦੈ ਸਾਡੀ ਪਹਿਲੀ ਆਈ ਤੇ ਉਹਦੇ ਵੀ ਇਹ ਕੁੱਤੇ ਸਾਡੇ ਨਾਲ ਨਾਲ ਤੇ ਕੇ ਤੇ ਅੱਜ ਵੀ ਨਾਲ ਨਾਲ ਦੇਖੋ ਮੁੰਡੇ ਦੀ ਮਾਮੀ ਨਾ ਪੂਰਾ ਖੁੱਲਾ ਹੱਥ ਚਾਲਦਾ ਮੁੰਡੇ ਦੀ ਮਾਮੀ ਦਾ ਇੱਕ ਮਾਮੀ ਆ ਬੈਠੀ ਐ ਚੁੱਪ ਕਰੀ ਜੀ ਦੋ ਮਾਮੀਆਂ ਉਧਰ ਫਿਰਦੀਆਂ ਨੇ ਅੱਜ ਦੋ ਮਾਮੀਆਂ ਡਾਉਣ ਨੇ ਗਿਆ ਬੁਖਾਰ ਚੜਦਾ ਉਹ ਆਈਆਂ ਨਹੀਂ ਹੈਗੀਆਂ ਉਹ ਮਾਮੀ ਦੂਰ ਹੀ ਵਾਏ ਵਾਏ ਕਰਦੀ ਐ ਖੜੀ ਐਡੀ ਦੂਰ ਨਹੀਂ ਦਿਖਦੀ ਤੂੰ ਨੱਚ ਨੱਚ ਨਾਨਕੇ ਪੂਸਾ ਤਾਹਾਂ ਕਰਕੇ ਪੂਸਾ ਪੂਰੀ ਚਲਦੀਆਂ ਨੇ ਇਹ ਵਾਲੀ ਆ ਪੌਦੇ ਭੁੱਲ ਗਈ ਹਾਂ ਐਂ ਕਹਿਣਾ ਤੇ ਨੱਚੋ ਨੱਚੋ ਦਾਦ ਕੇ ਪੂਸਾ ਤਾਹਾਂ ਕਰਕੇ ਹਾਂ ਆਪਾਂ ਤਾਂ ਕਹਿਤਾ ਦੀ ਸਾਡੇ ਲੱਗੀ ਨਹੀਂ ਉਹ ਕਹਿੰਦੇ ਲੋ ਜੀ ਧੁੱਪ ਜਿਹੜੀ ਹੈਗੀ ਅੱਜ ਬਹੁਤ ਕਹਿੜੀ ਐ ਫਿਰਦਿਆਂ ਨੂੰ ਹੁਣ ਪਿਆਸ ਲੱਗਣ ਲੱਗੀ ਅੱਗੇ ਜਿਹੜਾ ਹੈਗਾ ਚਾਚਾ ਜੀ ਦਾ ਘਰ ਹੈ ਉੱਥੇ ਜਾ ਕੇ ਪਾਣੀ ਪੀਣੇ ਨਾਲੇ ਬਿੰਦਕ ਜਿਹੜਾ ਹੈਗਾ ਦਮ ਲੈਣੇ ਆ ਫੇਰ ਜਿਹੜੀ ਹੈਗੀ ਉਹ ਵੀ ਫੇਰਾਂਗੇ ਜਿਹੜੀ ਰਹਿੰਦੀ ਹੈ ਲਓ ਜੀ ਹੁਣ ਇਹ ਸਾਡੀ ਹੈਗੀ ਲਾਸਟ ਫੇਰਨੀ ਰਹਿ ਗਈ ਬਸ ਇੱਥੇ ਦੂਜੇ ਤਾਇਆ ਜੀ ਦੇ ਦੂਜੇ ਬੇਟੇ ਦਾ ਘਰ ਆ ਗਿਆ ਜਿਹੜੇ ਵਿਆਹ ਜਾ ਕੇ ਆਏ ਨੇ ਹੁਣ ਉਹਨਾਂ ਦੇ ਘਰੇ ਹੀ ਚਾਹ ਪਾਣੀ ਪੀ ਕੇ ਬਸ ਪ੍ਰਾਂਤਾਂ ਧਰ ਕੇ ਫੇਰ ਚੱਲਦੇ ਆ ਕਿਉਂਕਿ ਹੁਣ ਬੱਚਿਆਂ ਦਾ ਟਾਈਮ ਹੈ ਸਕੂਲੋਂ ਬੱਚੇ ਸਾਰੇ ਆਉਣ ਵਾਲੇ ਨੇ ਕਰ ਜਾ ਕੇ ਵੀ ਜਿਹੜਾ ਹੈਗਾ ਚਾਹ ਪਾਣੀ ਕਰਨਾ ਆਇਆ ਹਨਾ ਲਾਸਟ ਫੇਰਨੀ ਆ ਬਸ ਇੱਥੇ ਜਿਹੜਾ ਹੈਗਾ ਇਹਨਾਂ ਦਾ ਘਰ ਆ ਗਿਆ ਦੀਦੀ ਉਧਰ ਚਲੇ ਜਾਣਗੇ ਫਿਰ ਲਓ ਜੀ ਜਸਮਨ ਵੀ ਆ ਗਿਆ ਸਕੂਲੋਂ ਅਸੀਂ ਆ ਗਏ ਤੇ ਘਰੇ ਬੱਸ ਕਹਿੰਦੇ ਚਾਹ ਪੀ ਕੇ ਜਾਇਓ ਹੁਣ ਚਾਹ ਪੀਨੇ ਆ ਫਿਰ ਚੱਲਦੇ ਆ ਘਰੇ ਕਿਉਂਕਿ ਹਰਸ਼ ਵੀ ਆਉਣ ਵਾਲਾ ਸਕੂਲੋਂ ਇਹਦੇ ਨਾਲ ਹੀ ਆਉਂਦਾ ਹੁੰਦਾ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ